जी का खालसा वाहिगुरू जी की फतेह। अज दिन उन्हां महान निक्कियां जिंदां वड्डे साके साहिबजादियां दा है जिन्हां दी शहादत भावें आपां चमकौर साहब तों लैके फतेहगढ़ साहब तक मनाउने आ, पर छोटे साहिबजादे साहिबजादा जोरावर सिंह साहिबजादा फतेह सिंह जिन्हां दा देखे इतिहास दे विच अज 10:10 ते उन्हां नूं श्रद्धांजलि दित्ती जांदी है। भावें सारा दिन पूरा महीना तिने दिन उत्थे समागम होंदे ने, पर अज जो नगर कीर्तन होण दी याद दे विच अज शहीदी दा जो दिन मन्निया गया है, संगतां हर तरहां नाल कोई बाणी सुन के कोई सेवा करके लंगर लगा के कोई उन्हां नूं नतमस्तक हो के श्रद्धांजलि भेंट करदा है, क्योंकि जग ते मेले उन्हां दे लगदे ने जो सच नूं कमा गए ने, जिन्हां ने झूठ पाप नूं मुख रख्या, अज उन्हां दी कोई कबरां ते दीवा भी नहीं बालदा। इस तरह साहिबजादियां दी याद दे विच मोहाली जिले के ब्लाक माजरी अधीन प्रमुख पिंड खेड़ा उत्थे दी संगत वल्लों इलाके दीआं संगतां समेत कुराली सिसमा रोड दे उत्ते चंदपुर नज़दीक मुबारक हवेली दे अगे चाह पकौड़ियां दे लंगर लगाए गए ने। समूह मोहतबर पिंड वासी हाजर ने, नौजवान सेवा कर रहे ने रोक रोक के जिन्हां ने साडे लई परपकार कीता उन्हां दे कारण अज असीं इह खुशियां दे जीवन जी रहे हाँ, ते उन्हां नूं श्रद्धांजलि भेंट कर रही है, क्योंकि बहुत सोग दे दिन ने। सो उन्हां नूं याद करके अपने समाज नूं सानूं पिछड़ के चलना चाहिए, बहुत बड़ा रहिंदी दुनिया तक इतिहास साहिबजादियां दा। सो खेड़े की संगत जो अज सेवा कर रही है उन्हां दे नाल इस संबंधी आपां गल्लबात सांझी करांगे। दर्शन सिंह जी, जो लंगर है अज खेड़े की संगत वल्लों होर संगतां नाल मिल के लगाया, पहली बारी लगाया? पहली बार लाया जी, ब्लड पकौड़े साहिबजादे दी याद विच। ਤੇ ਕਿਵੇਂ ਆ ਜੀ ਹੁਣ ਤੁਸੀਂ ਅੱਜ ਜੋ ਲੰਗਰ ਚੱਲ ਰਿਹਾ, ਬੱਚੇ ਸੇਵਾ ਕਰ ਰਹੇ ਨੇ ਸਾਰੇ ਨਗਰ ਵੱਲੋਂ? ਹਾਂ, ਸਾਰੇ ਨਗਰ ਵੱਲੋਂ ਤੇ ਚੰਦਪੁਰ ਪਿੰਡ ਦਾ ਬਹੁਤ ਸਹਿਯੋਗ ਆ ਜੀ ਸਾਨੂੰ। ਹਾਂਜੀ ਹਾਂਜੀ, ਬਰਾਲੇ ਮਿਲ ਕੇ ਤੜਕੇ 4 ਵਜੇ ਤੋਂ ਚੱਲ ਰਿਹਾ ਜੀ। 4 ਵਜੇ ਤੇ ਚੱਲਣਾ, ਸ਼ਾਮ ਤੱਕ ਚੱਲੇਗਾ? ਸ਼ਾਮ ਤੱਕ ਚੱਲੇਗਾ ਜੀ, ਸਾਹਿਬਜ਼ਾਦਿਆਂ ਦੀ ਯਾਦ ਵਿੱਚ। ਬਹੁਤ ਜਦੋਂ ਆਪਾਂ ਲੰਗਰ ਛਕਾਉਂਦੇ ਆ ਜੋ ਹੋਰ ਵੀ ਲੰਘਦੇ ਨੇ, ਕੋਈ ਹੋਰ ਇੱਥੇ ਹਿਮਾਚਲ ਦੇ ਵੀ ਆਉਂਦੇ ਨੇ, ਸਟੇਟ ਇਹ ਯਾਦ ਆਉਂਦੀ ਹੋਵੇਗੀ ਕਿ ਉਹਨਾਂ ਸਾਹਿਬਜ਼ਾਦਿਆਂ ਨੇ ਸਾਡੇ ਲਈ ਪਰਪਕਾਰ ਕੀਤੇ ਨੇ, ਉਹਨਾਂ ਦੇ ਨਾਂ ਤੇ ਤਾਂ ਅੱਜ ਤੇਗ ਤੇਗ ਚੱਲ ਰਹੀ ਹੈ। ਬਹੁਤ ਹਿਮਾਚਲ ਤੋਂ ਜੀ, ਚੰਡੀਗੜ੍ਹ ਤੋਂ ਬਹੁਤ ਗੱਡੀਆਂ ਖੜ ਕੇ ਗਈਆਂ। ਭੀਮ ਸਿੰਘ ਜੀ, ਕੀ ਕਹਿਣਾ ਚਾਹੋਗੇ? ਅੱਜ ਠੀਕ ਆ, ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ, ਲੰਗਰ ਵੀ ਲਗਾਉਂਦੇ ਹਾਂ, ਪਰ ਆਪਣੀ ਪੀੜ੍ਹੀ ਨੂੰ ਉਹਨਾਂ ਦੇ ਯਾਦ ਵੀ ਦਿਵਾਉਣ ਦੀ ਲੋੜ ਹੈ, ਜੋ ਉਹਨਾਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ, ਸਰਬੱਤ ਦੇ ਭਲੇ ਲਈ ਜੋੜਨ ਦੀ ਵੀ ਲੋੜ ਆ, ਅੱਜ ਸੋਗ ਮਨਾ ਰਹੇ ਹਾਂ ਅਸੀਂ ਉਹਨਾਂ ਦੀ ਯਾਦ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਛੋਟੇ ਸਾਹਿਬਜ਼ਾਦਿਆਂ ਦੀ, ਜੋ ਕਿ 10:10 ਤੇ ਜੋ ਉਹਨਾਂ ਦੀ ਸ਼ਹੀਦੀ ਹੋਈ ਹੈ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ, ਉਹਨਾਂ ਦੀ ਯਾਦ ਵਿੱਚ ਪਿੰਡ ਚੰਦਪੁਰ ਦੀ ਅਤੇ ਪਿੰਡ ਖੇੜੀ ਸੰਗਤ ਵੱਲੋਂ ਮੇਨ ਰੋਡ 'ਤੇ ਲੰਗਰ ਲਗਾਇਆ ਗਿਆ ਚਾਹ ਅਤੇ ਬ੍ਰੈਡਾਂ ਦਾ, ਜਿਹਦੇ ਵਿੱਚ ਸਾਨੂੰ ਬਹੁਤ ਸਹਿਯੋਗ ਮਿਲਿਆ ਪਿੰਡ ਚੰਦਪੁਰ ਦਾ ਅਤੇ ਖੇੜੇ ਦਾ। ਸੋ ਅਸੀਂ ਸਾਰੀ ਸੰਗਤ ਨੂੰ ਇਹ ਦੱਸਣਾ ਚਾਹੁੰਦੇ ਵੀ ਗੁਰਸਿੱਖੀ ਜੀਵਨ ਜੀਓ, ਅਤੇ ਸਾਹਿਬਜ਼ਾਦੇ ਨੇ ਜੋ ਕੁਰਬਾਨੀ ਉਹਨਾਂ ਨੇ ਸਾਡੇ ਵੱਲ ਦਿੱਤੀ ਹੈ, ਕਿਉਂਕਿ ਉਹਨੇ ਸਰਬੱਤ ਦੇ ਭਲੇ ਲਈ, ਮਾਨਸਕੀ ਜਾਤ ਸਭ ਇੱਕ ਹੈ ਪਹਿਚਾਣ ਬੋਧ ਸਭ ਦੇ ਲਈ। ਗੁਰੂ ਤੇਗ ਬਹਾਦਰ ਜੀ ਕੋਲ ਕੋਈ ਪੰਡਿਤ ਆ ਜਾਂਦੇ ਜਨੂ ਬਚਾਉਣ ਤਾਂ ਉਹਨਾਂ ਲਈ ਵੀ ਸੀਸ ਦਿੱਤਾ ਜਾਂਦਾ, ਉਹਨਾਂ ਨੇ ਸਰਬੱਤ ਦੇ ਭਲੇ ਲਈ ਅੱਜ ਤੁਸੀਂ ਇਸੇ ਤਰ੍ਹਾਂ ਲੰਗਰ ਹਰ ਇੱਕ ਨੂੰ ਮਾਨਵਤਾ ਲਈ ਲਾਇਆ। ਅੱਜ ਕੀ ਕਹਿਣਾ ਚਾਹੋਗੇ ਜੇ ਬੱਚਿਆਂ ਨੂੰ ਵੀ ਆਪਣੇ ਵਿਰਸੇ ਨਾਲ ਜੋੜਨ ਲਈ, ਕਿਤੇ ਨਾ ਕਿਤੇ ਜੋ ਭਟਕ ਰਹੇ ਨੇ? ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੁੜਨਾ ਚਾਹੀਦਾ, ਗੁਰਸਿੱਖੀ ਜੀਵਨ ਧਾਰਨ ਕਰਨਾ ਚਾਹੀਦਾ।